ਜੋ ਕਹਿੰਦੇ ਹੋ ਉਹ ਕਰੋ, ਇਹ ਸੁਨੇਹਾ ਨਵਜੋਤ ਸਿੰਘ ਸਿੱਧੂ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਤਾ ਜੋ ਈਡੀ ਦੇ ਸਮਨਾਂ ਦਾ ਸਾਹਮਣਾ ਕਰ ਰਹੇ ਨੇ। ਦਰਅਸਲ ਅਰਵਿੰਦ ਕੇਜਰੀਵਾਲ ਦੇ 2012 ਦੇ ਇੱਕ ਬਿਆਨ ਤੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਸਲਾਹ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਲਿਖਦੇ ਨੇ ਕਿ ਜੋ ਕਹਿੰਦੇ ਉਹ ਕਰੋ, ਈਡੀ ਵਾਲੇ ਸੰਗੀਤ ਦਾ ਸਾਹਮਣਾ ਕਰੋ, ਭਾਵੇਂ ਤੁਹਾਨੂੰ ਉਸਦੀ ਧੁਨ ਪਸੰਦ ਨਹੀਂ ਹੈ, ਉਦੋਂ ਤੱਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਓ ਜਦੋਂ ਤੱਕ ਤੁਸੀਂ ਪਾਕ ਸਾਫ਼ ਹੋ ਕੇ ਨਹੀਂ ਨਿਕਲਦੇ, ਜਿਵੇਂ ਮੈਂ ਦਸੰਬਰ 2006 'ਚ ਕੀਤਾ ਸੀ। ਨਵਜੋਤ ਸਿੰਘ ਸਿੱਧੂ ਨੇ ਨਾਲ ਹੀ ਕੇਜਰੀਵਾਲ ਦਾ 2012 ਦਾ ਬਿਆਨ ਵੀ ਸਾਂਝਾ ਕੀਤਾ। ਉਸ ਵੇਲੇ ਕੇਜਰੀਵਾਲ ਨੇ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ ਦੇਸ਼ ਭਗਤ ਭਾਰਤੀ ਹੋਣ ਦੇ ਨਾਤੇ ਮੇਰਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਦੋਂ ਏਜੰਸੀਆਂ ਦੇ ਸਾਹਮਣਾ ਬਾਅਦ ਵੀ ਟਰੱਸਟ ਲੀਡਰ ਈਡੀ ਅਤੇ ਸੀਬੀਆਈ ਸਾਹਮਣੇ ਪੇਸ਼ ਨਹੀਂ ਹੁੰਦੇ, ਜਦੋਂ ਕਿ ਉਹਨਾਂ ਨੂੰ ਇਲਜ਼ਾਮ ਲੱਗਦੇ ਹੀ ਆਪਣੀ ਪੋਸਟ ਛੱਡ ਦੇਣੀ ਚਾਹੀਦੀ ਹੈ। ਅਤੇ ਹੁਣ ਅਰਵਿੰਦ ਕੇਜਰੀਵਾਲ ਦੇ ਉਸ ਪੁਰਾਣੇ ਬਿਆਨ ਦੇ ਆਧਾਰ ਤੇ ਹੀ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਸਲਾਹ ਦੇ ਰਹੇ ਨੇ। ਦਰਅਸਲ ਦਿੱਲੀ ਸ਼ਰਾਬ ਘੁਟਾਲੇ ਦੇ ਵਿੱਚ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ 21 ਦਸੰਬਰ ਨੂੰ ਤਲਬ ਕੀਤਾ ਸੀ ਅਤੇ ਹੁਣ ਮੁੜ ਤੋਂ ਈਡੀ ਨੇ ਕੇਜਰੀਵਾਲ ਨੂੰ 3 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ। ਅਰਵਿੰਦ ਕੇਜਰੀਵਾਲ ਲਗਾਤਾਰ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦੇ ਨੇ। ਕੁਝ ਦਿਨ ਉਹ ਪੰਜਾਬ ਦੇ ਵਿੱਚ ਵੀ ਰੁਕੇ ਸੀ ਅਤੇ ਇੱਥੇ ਉਹਨਾਂ ਨੇ ਸਾਧਨਾ ਕੀਤੀ ਸੀ।